ਇੱਕ ਅਧਿਆਪਕਾ ਨੇ ਇੱਕ ਮਾਸੂਮ ਨੂੰ ਬੁਰੀ ਤਰ੍ਹਾਂ ਸੋਟੀਆਂ ਨਾਲ ਕੁੱਟਿਆ ਤੇ ਉਸਦੇ ਸਰੀਰ ਤੇ ਨੀਲ ਪਾ ਦਿੱਤੇ। ਦਰਅਸਲ ਟੈਸਟ ਦੇ ਵਿੱਚ ਹੋਈ ਮਾਮੂਲੀ ਗਲਤੀ ਦੇ ਕਾਰਨ ਇਸ ਅਧਿਆਪਕਾ ਨੇ ਇਸ ਬੱਚੇ ਨੂੰ ਬਹੁਤ ਬੁਰੇ ਤਰੀਕੇ ਨਾਲ ਕੁੱਟਿਆ ਤੇ ਜਦੋਂ ਬੱਚਾ ਆਪਣੇ ਘਰ ਪਹੁੰਚਿਆ ਤਾਂ ਮਾਪਿਆਂ ਨੇ ਬੱਚੇ ਦੇ ਸਰੀਰ ਤੇ ਨੀਲ ਪਏ ਦੇਖੇ ਤੇ ਉਸਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਇਹ ਘਟਨਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਭਗਵਾਨਪੁਰਾ ਤੋਂ ਸਾਹਮਣੇ ਆਈ ਹੈ, ਜਿੱਥੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਵਿੱਚ ਇੱਕ ਅਧਿਆਪਕਾ ਵੱਲੋਂ ਚੌਥੀ ਕਲਾਸ ਦੇ ਬੱਚੇ ਨਾਲ ਕੁੱਟਮਾਰ ਕੀਤੀ ਗਈ ਹੈ, ਜਿਸ ਤੋਂ ਬਾਅਦ ਮਾਪਿਆਂ ਵੱਲੋਂ ਬੱਚੇ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਉੱਥੇ ਬੱਚਿਆਂ ਦੇ ਮਾਪਿਆਂ ਨੇ ਅਧਿਆਪਕਾ ਤੇ ਕਈ ਇਲਜ਼ਾਮ ਵੀ ਲਗਾਏ ਨੇ ਤੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਇਸ ਅਧਿਆਪਕਾ ਵੱਲੋਂ ਬੱਚਿਆਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾ ਚੁੱਕੀ ਹੈ। ਉੱਥੇ ਮਾਪਿਆਂ ਵੱਲੋਂ ਪਹਿਲਾਂ ਕਿਸੇ ਹੋਰ ਬੱਚੇ ਨਾਲ ਹੋਈ ਕੁੱਟਮਾਰ ਦੀ ਇੱਕ ਵੀਡੀਓ ਵੀ ਮੀਡੀਆ ਨਾਲ ਸਾਂਝੀ ਕੀਤੀ ਗਈ ਹੈ। ਇਸ ਮੌਕੇ ਗੱਲਬਾਤ ਕਰਦੇ ਹੋਏ ਬੱਚੇ ਦੇ ਪਿਤਾ ਜਸਵੀਰ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਪ੍ਰਭਜੋਤ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਭਗਵਾਨਪੁਰਾ ਵਿਖੇ ਚੌਥੀ ਜਮਾਤ ਦੇ ਵਿੱਚ ਪੜ੍ਹਦਾ ਹੈ, ਜਿਸ ਦਾ ਸਕੂਲ ਦੇ ਵਿੱਚ ਟੈਸਟ 'ਚ ਮਾਮੂਲੀ ਗਲਤੀ ਹੋਣ ਤੇ ਅਧਿਆਪਕਾ ਜਸਵਿੰਦਰ ਕੌਰ ਵੱਲੋਂ ਉਹਨਾਂ ਦੇ ਬੱਚੇ ਨੂੰ ਸੋਟੀਆਂ ਨਾਲ ਕੁੱਟਿਆ ਗਿਆ, ਜਿਸ ਨਾਲ ਬੱਚੇ ਦੇ ਸਰੀਰ ਤੇ ਨੀਲ ਪੈ ਗਏ ਤੇ ਬੁਖਾਰ ਵੀ ਚੜ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ। ਉਹਨਾਂ ਨੇ ਕਿਹਾ ਕਿ ਅਧਿਆਪਕਾ ਵੱਲੋਂ ਪਹਿਲਾਂ ਵੀ ਕਈ ਵਾਰ ਬੱਚਿਆਂ ਨੂੰ ਕੁੱਟਿਆ ਗਿਆ ਤੇ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ, ਪਰ ਅਧਿਆਪਕਾ ਤੇ ਕੋਈ ਵੀ ਕਾਰਵਾਈ ਹੁਣ ਤੱਕ ਨਹੀਂ ਹੋਈ। ਉੱਥੇ ਹੀ ਬੱਚੇ ਦੀ ਦਾਦੀ ਨੇ ਕਿਹਾ ਕਿ ਜਦੋਂ ਉਹ ਮੈਡਮ ਨਾਲ ਗੱਲ ਕਰਨ ਲਈ ਜਾਂਦੇ ਨੇ ਤਾਂ ਉਹ ਉਹਨਾਂ ਨਾਲ ਅਪਸ਼ਬਦ ਬੋਲਦੀ ਹੈ ਤੇ ਜਾਤੀ ਸੂਚਕ ਸ਼ਬਦਾਂ ਨਾਲ ਉਹਨਾਂ ਨੂੰ ਸਕੂਲ ਤੋਂ ਬਾਹਰ ਜਾਣ ਦੀ ਗੱਲ ਆਖਦੀ ਹੈ। ਉੱਥੇ ਜਦੋਂ ਇਸ ਸੰਬੰਧੀ ਉਪ ਜ਼ਿਲ੍ਹਾ ਸਿੱਖਿਆ ਅਫਸਰ ਦੀਦਾਰ ਸਿੰਘ ਮਾਂਗਟ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਧਿਆਨ ਦੇ ਵਿੱਚ ਇਹ ਮਾਮਲਾ ਆਇਆ ਤੇ ਜਾਂਚ ਕਰਨ ਤੋਂ ਬਾਅਦ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ। ਮੈਡਮ ਨੇ ਕੋਈ ਟੈਸਟ ਲਿਆ ਸੀਗਾ ਤੇ ਟੈਸਟ ਕੋਈ ਮਿਸਟੇਕ ਹੋ ਗਈ, ਉਹ ਵੀ ਬੱਚਾ ਨਜਾਇਜ਼ ਕੁੱਟਿਆ ਮੈਡਮ ਨੇ, ਤਾਂ ਸੋਟੀ ਟੁੱਟ ਗਈ, ਬੱਚੇ ਦੱਸ ਰਹੇ ਨੇ ਨਾਲ ਦੇ, ਇੰਨੀ ਜ਼ੋਰ ਨਾ ਮਾਰਿਆ। ਬੱਚੇ ਦੇਖੋ ਜੀ, ਜਿਹੜਾ ਨੀਲ ਸੀਗਾ ਉਹ ਥੋੜ੍ਹਾ ਘੱਟ ਗਿਆ ਕਿਉਂਕਿ 3-4 ਘੰਟੇ ਬੀਤ ਚੁੱਕੇ ਨੇ ਅਤੇ 12 ਵਜੇ ਅਸੀਂ ਲੈ ਕੇ ਆ ਗਏ ਪਿੰਡ ਭਗਵਾਨਪੁਰਾ ਸਰਕਾਰੀ ਐਲੀਮੈਂਟਰੀ ਸਕੂਲ ਭਗਵਾਨਪੁਰਾ। ਕਿਹੜੇ ਟੀਚਰ ਵੱਲੋਂ ਕੁੱਟਿਆ ਗਿਆ? ਜਸਵਿੰਦਰ ਕੌਰ ਮੈਡਮ ਹੈ। ਪਹਿਲਾਂ ਵੀ 1-2 ਮਾਮਲੇ ਪਹਿਲਾਂ ਵੀ ਦਰਜ ਹੋਏ ਨੇ ਇਹਦੇ ਖਿਲਾਫ਼ ਜੀ, ਪਹਿਲਾਂ ਵੀ ਨਜਾਇਜ਼ ਬੱਚੇ ਕੁੱਟੇ ਨੇ ਇਹਨੂੰ। ਅੱਛਾ ਜੀ। ਬੱਚਾ ਦੇਖੋ ਜੀ, ਡਰਦਾ ਮੇਰਾ ਬੁਖਾਰ ਚੜਿਆ ਪਿਆ, ਮੈਡਮ ਨੇ ਦਵਾਈ ਦਿੱਤੀ ਹੈ, ਅਸੀਂ ਬੁਖਾਰ ਟੈਂਪਰੇਚਰ ਉਨਾ ਹੀ ਆ, ਡਰਦੇ ਬੱਚੇ ਡਰਦੇ ਜਾਂਦੇ ਨਹੀਂ ਸਕੂਲ, ਮੈਡਮ ਅਤੇ ਮੈਨੂੰ ਪੀਪੇ ਸਾਹਿਬ ਤੋਂ ਪਤਾ ਲੱਗਿਆ ਸੀ ਕਿ ਭਗਵਾਨਪੁਰਾ ਜਿਹੜਾ ਪਿੰਡ ਆ ਸਾਡਾ ਐਲੀਮੈਂਟਰੀ ਸਕੂਲ ਆ, ਉੱਥੇ ਟੀਚਰ ਨੇ ਬੱਚਿਆਂ ਦੇ ਨਾਲ ਮਿਸਬਿਹੇਵ ਕੀਤਾ ਜਾਂ ਉਹਦੇ ਨਾਲ ਜੋ ਵੀ ਉਹਨੇ ਕੁੱਟਮਾਰ ਕੀਤੀ ਉਹ ਦੱਸਣ ਦੇ ਅਨੁਸਾਰ ਆ, ਪਰ ਉਸਦੀ ਜੋ ਵੀ ਹੋਊ ਉਹਦੀ ਨਿਰਪੱਖ ਇਨਕੁਆਇਰੀ ਕਰਵਾਈ ਜਾਊ ਅਤੇ ਟੀਚਰ ਦੇ ਵਿਰੁੱਧ ਜੋ ਵੀ ਹੋਊ ਵਿਭਾਗੀ ਕਾਰਵਾਈ ਵਿਭਾਗ ਦੀ ਹਦਾਇਤ ਅਨੁਸਾਰ ਉਹ ਕਰੀ ਜਾਊ। ਭਗਵਾਨਪੁਰ ਮੇਰਾ ਪੁੱਤ ਆ ਜੀ, ਇਹ ਜਸਵਿੰਦਰ ਕੌਰ ਮੈਡਮ ਦੇ ਵੱਲੋਂ ਕੁੱਟਮਾਰ ਕੀਤੀ ਗਈ ਆ ਜੀ। ਸੋਟੀ ਜਿਹੜਾ ਤੋੜਤੀ, ਇੱਕ ਮਾਰਿਆ ਡੰਡਾ ਉਹੀ ਤੋੜਤੀ ਸੋਟੀ ਮੁੰਡੇ ਦੇ ਵਿੜਦੀ ਆ। ਉਹ ਕਹਿੰਦੇ ਜੀ ਟੈਸਟ ਲੈਂਦੇ ਸੀਗੇ ਵੀ ਟੈਸਟ ਮੁੰਡੇ ਨੂੰ ਨਹੀਂ ਆਇਆ ਹੈਗਾ, ਜਦੋਂ ਪੜ੍ਹਾਉਣਾ ਹੀ ਨਹੀਂ ਜੀ ਹੈਗਾ, ਤਿੰਨ ਮੋਬਾਇਲ ਰੱਖਦੀਆਂ ਨੇ ਕੋਲ, ਇੱਕ ਮੋਬਾਇਲ ਛੱਡਣਾ, ਦੂਆ ਚੱਕ ਲੈਣਾ, ਦੂਆ ਛੱਡਣਾ, ਤੀਆ ਚੱਕ ਲੈਣਾ, ਜੇ ਪੜ੍ਹਾਉਣਾ ਨਹੀਂ ਬੱਚਾ ਬੱਚੇ ਨੂੰ ਆਪਾਂ ਨੇ ਨਜਾਇਜ਼, ਫਿਰ ਆਪਾਂ ਨੇ ਸੁਭਾਅ ਪੁੱਛਣਾ ਬੱਚੇ ਨੂੰ ਵੀ ਕਿੱਥੋਂ ਆਊਗਾ, ਦੱਸੋ ਪਹਿਲਾਂ ਮੈਨੂੰ। ਹੁਣ ਅਸੀਂ ਸਾਡੇ 'ਚ ਇੰਨੀ ਪਾਵਰ ਹੈ ਨਹੀਂ ਵੀ ਬੱਚਿਆਂ ਨੇ, ਹੁਣ ਜਿਨ੍ਹਾਂ ਨੇ ਤਾਂ ਬੱਚੇ ਹਟਾ ਕੇ ਅਗਲੇ ਨੇ ਪ੍ਰਾਈਵੇਟ ਸਕੂਲਾਂ 'ਚ ਪਾ ਲਏ, ਉੱਥੇ ਬੱਚੇ ਸਾਰੇ 5-7 ਨੇ ਜਾ ਕੇ ਜੇ ਤੁਸੀਂ ਦੇਖੋ ਮੱਝਾਂ ਦੇ ਨਾਲ ਰਲ ਕੇ ਨਿਆਣੇ। ਪਹਿਲਾਂ ਵੀ ਕੋਈ ਇਸ ਤਰ੍ਹਾਂ ਦਾ? ਹਾਂਜੀ, ਮੇਰੀ ਭੈਣ ਦਾ ਪੋਤਾ ਕੁੱਟਿਆ ਜੀ, ਪਹਿਲਾਂ ਉਹਦੇ ਲਾਸਾਂ ਪਾਈਆਂ ਪਈਆਂ ਨੇ, ਉਹ ਵੀਡੀਓ ਤੁਹਾਨੂੰ ਪਾ ਦਿੰਦੇ ਹਾਂ, ਉਹ ਦੇਖ ਲਓ। ਅਸੀਂ 2 ਵਾਰੀ ਗੱਡੀਆਂ ਭਰ ਕੇ ਫਤਿਹਗੜ੍ਹ ਸਾਹਿਬ ਵੀ ਜਾਇਆ, ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਜਿਹੜੀ ਆਹ ਹੁਣ 2-4 ਮਹੀਨਿਆਂ ਦੇ ਵਿੱਚ ਸਾਡੇ ਨਾਲ ਹੋਈ ਆ, ਬੀਤੀ ਆ ਮੇਰੀ ਭੈਣ ਦੇ ਪੋਤੇ ਦੇ ਨਾਲ,
ਅਸੀਂ ਉਹ ਵੀ ਕੰਪਲੇਂਟ ਕਰੀ ਹੋਈ ਆ, ਸਾਡੀ ਉਹਦੀ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਹੈਗੀ, ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਆ ਸਾਡੇ ਬੱਚਿਆਂ ਦਾ ਫਿਰ ਇੱਦਾਂ ਮਾਰ ਦਊਗੀ ਉਹ ਸਾਡੇ ਬੱਚੇ। ਮੈਡਮ ਕੀ ਕਹਿੰਦੀ ਫਿਰ? ਮੈਡਮ ਕਹਿੰਦੀ ਹੈ ਕਿ ਜੋ ਥੋਤੇ ਬਣਦਾ ਕਰ ਲਓ, ਮੈਂ ਤਾਂ ਮੇਰਾ ਗੁੱਸਾ ਨਹੀਂ ਕੰਟਰੋਲ ਹੁੰਦਾ ਹੈਗਾ, ਗੁੱਸੇ ਕਰਕੇ ਬੱਚੇ ਨੂੰ ਕੁੱਟ ਰਹੀ ਹੈ ਵੀ ਕੱਲ੍ਹ ਨੂੰ ਸਾਡਾ ਬੱਚਾ ਕੋਈ ਨੁਕਸਾਨਿਆ ਗਿਆ। ਸਾਡੀ ਸਰਕਾਰ ਨਹੀਂ ਸੁਣਦੀ ਹੈਗੀ, ਫਿਰ ਅਸੀਂ ਕੀ ਕਰ ਸਕਦੇ ਹਾਂ? ਗਰੀਬ ਬੰਦੇ ਹਾਂ ਅਸੀਂ, ਦਿਹਾੜੀਦਾਰ ਬੰਦੇ ਹਾਂ। ਜਦੋਂ ਮੁੰਡਾ ਕੁੱਟਿਆ, ਮੁੰਡੇ ਨੂੰ ਕੜਕੜਾ ਕੇ ਬੁਖਾਰ ਚੜ ਗਿਆ, ਘਰ ਭੇਜਤਾ, ਸਾਨੂੰ ਇਹ ਨਹੀਂ ਦੱਸਿਆ ਹੈਗਾ ਤੁਹਾਡਾ ਮੁੰਡਾ ਮੈਂ ਕੁੱਟਿਆ। ਕਹਿੰਦੀ ਇਹਨੂੰ ਬੁਖਾਰ ਚੜ ਗਿਆ, ਇਹ ਦਾਦੇ ਨੂੰ ਕਹਿੰਦੀ ਘਰ ਨੂੰ ਲੈ ਜਾ, ਚਾਚਾ ਜੀ ਨੂੰ ਦਵਾਈ ਦਵਾ ਦਿਉ। ਅਤੇ ਜਦੋਂ ਅਸੀਂ ਇਹਦੀ ਲਾਸ਼ ਦੇਖੀ ਮੁੰਡੇ ਦੀ, ਪਾਈ ਵੀ ਢੂਹੀ ਦੇ ਉੱਪਰ, ਅਸੀਂ ਮੁੰਡਾ ਮਿਲ ਜੋ ਬੁਲਾਇਆ ਦਿਹਾੜੀਦਾਰ ਮੁੰਡਾ, ਸਵੇਰ ਦੇ ਬੈਠੇ ਅਸੀਂ 12 ਵਜੇ ਦੇ ਆਏ ਬੈਠੇ। ਫਿਰ ਤੁਸੀਂ ਇਲਾਜ ਲਈ ਕਿੱਥੇ ਲੈ ਕੇ ਆਏ ਬੱਚੇ ਨੂੰ? ਅਸੀਂ ਹੋਸਪਿਟਲ ਸਕੂਟਰ 'ਤੇ ਬਾਅਦ ਵਿੱਚ ਲਿਆ ਹਸਪਤਾਲ ਦੇ ਵਿੱਚ, ਅਮਰੋਹ ਸਰਕਾਰੀ ਡਾਕਟਰਾਂ ਵੱਲੋਂ ਜੀ। ਮੈਡਮ ਨੇ ਤਾਂ ਸਾਨੂੰ ਕਹਿੰਦੀ ਕਿ ਵੀ 2 ਵਜੇ ਆਊਗਾ ਡਾਕਟਰ, ਵੀ ਉਹ ਤੁਹਾਡੀ ਕਾਰਵਾਈ ਉਹ ਕਰੂਗਾ। ਅਸੀਂ ਜਿੱਥੇ ਬੈਠੇ ਹਾਂ ਹੁਣ, ਸਾਡੀ ਉਹਨੇ ਡਾਕਟਰ ਨੇ ਕਾਰਵਾਈ ਕੀਤੀ ਆ, ਬਾਕੀ ਦੇਖੋ ਵੀ ਹੁਣ ਕੀ ਬਣੀ। ਕੀ ਮੰਗ ਕਰਦੇ ਪ੍ਰਸ਼ਾਸਨ? ਮੰਗ ਤਾਂ ਜੀ ਹੁਣ ਸਾਡੀ ਇਹੀ ਹੈ ਵੀ ਸਾਨੂੰ ਹਿਸਾਬ ਮਿਲਣਾ ਚਾਹੀਦਾ, ਇਨਸਾਫ਼। ਇਹ ਸਾਡੇ ਬੱਚੇ ਜਿਹੜੇ ਕੁੱਟਦੀ ਹੈ ਨਜਾਇਜ਼, ਭੋਰਾ ਭੋਰਾ ਬੱਚਿਆਂ ਨੂੰ ਸਾਡੇ ਅੰਦਰ ਬੰਦ ਕਰਕੇ ਘੰਟਾ ਘੰਟਾ ਬਾਰਨੀ ਜੀ ਖੋਲਦੀ ਹੈ ਜੀ। ਕਹਿ ਰਿਹਾ ਤੁਸੀਂ ਮੇਰਾ ਕੀ ਕਰ ਲਈ? ਜੇ ਅਸੀਂ ਜਾਂਦੇ ਹਾਂ ਤਾਂ ਸਾਨੂੰ ਬੋਲਦੀ ਕਿੱਦਾਂ? ਉਹ ਚੂੜੇ 'ਚ ਮਾਰਤੇ ਬਿਨਾਂ ਨਹੀਂ ਬੋਲਦੀ ਹੈਗੀ। ਬਾਹਰ ਨਿਕਲ ਜਾਓ ਮੇਰੇ ਸਕੂਲ ਤੋਂ ਬਾਹਰ, ਤੁਸੀਂ ਮੇਰੇ ਸਕੂਲ ਦੇ ਅੰਦਰ ਨਹੀਂ ਆ ਸਕਦੇ। ਇੱਕ ਸਾਡੇ ਬਹੂ ਤੋਂ ਥੱਪੜ ਮਾਰਨ ਲੱਗੀ ਸੀ, ਸਾਡੇ ਬਹੂ ਕਹਿੰਦੀ ਵੀ ਤੂੰ ਮੇਰੇ ਥੱਪੜ ਕਿਵੇਂ ਮਾਰੀ? ਉਹਨੂੰ ਕਹਿੰਦੀ ਕਿ ਮਾਰੀਏ, ਕਹਿੰਦੀ ਆਪਣੀ ਇੱਕ ਅਸਤਰ ਹੈ। ਉਹ ਕਹਿੰਦੀ ਤੂੰ ਜੱਟੀ ਹੋਵੇਂਗੀ ਆਪਣੇ ਘਰ ਨੂੰ ਹੋਵੇਗੀ, ਮੇਰੇ ਕੋਲ ਵੀ ਜਪੇੜਾ ਫਿਰ ਆ ਜਾ। ਉਹ ਤੋਂ ਤਾਂ ਪਿੱਛੇ ਹਟੀ ਆਈ। ਹੁਣ ਅਸੀਂ ਗਰੀਬ ਬੰਦੇ ਕੀ ਕਰ ਸਕਦੇ? ਦੱਸੋ ਦੱਸੋ ਜੀ, ਸਾਨੂੰ ਕੋਈ ਇਨਸਾਫ਼ ਸਾਨੂੰ ਮਿਲਣਾ ਚਾਹੀਦਾ। ਅਸੀਂ ਤਾਂ ਗਰੀਬ ਬੰਦੇ ਹਾਂ, ਕੋਈ ਪੈਸਾ ਸਾਡੇ ਕੋਲ ਨਹੀਂ ਵੀ ਅਸੀਂ ਲਾ ਦਾਂਗੇ।